ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਅੱਜ ਜੁਮੇਰਾਤ ਦਾ ਤੇ ਇਸ ਟਾਈਮ ਸਿਆਲਕੋਟ ਦੇ ਨਾਮਵਰ ਨੌਜਵਾਨ ਵਪਾਰੀ ਅਲੀ ਅਸਗਰ ਸਾਹਿਬ ਦੇ ਡੇਰੇ ਤੇ ਮੌਜੂਦ ਆ ਤੇ ਮਾਸ਼ਾਅੱਲਾ ਜੀ ਬਾਈ ਅਸਗਰ ਸਾਹਿਬ ਮਿਹਨਤ ਕਰਕੇ ਦੋਸਤਾਂ ਵਾਸਤੇ ਤਿੰਨ ਖੂਬਸੂਰਤ ਟਾਪ ਕਲਾਸ ਅਸਲੀ ਤੇ ਨਸਲੀ ਗਾਵਾਂ, ਇਸ ਤੋਂ ਇਲਾਵਾ 6 ਕਿਲੋ ਦੁੱਧ ਦੀ ਇੱਕ ਖਾਂਗੜ ਝੋਟੀ ਵੀ ਲੈ ਕੇ ਆਏ ਨੇ। ਕਮ ਅਜ਼ ਕਮ ਕੀਮਤ ਹੈ ਜੀ 2,30,000 ਤੇ ਮਾਸ਼ਾਅੱਲਾ ਜੀ ਅੱਜ ਦੀ ਇਸ ਵੀਡੀਓ 'ਚ 12-13 ਕਿਲੋ ਦੁੱਧ ਵਾਲੀਆਂ ਗਾਵਾਂ ਵੀ ਮੌਜੂਦ ਨੇ ਤੇ ਮਾਸ਼ਾਅੱਲਾ ਜੀ 2 ਪਹਿਲਨ ਵੈੜਾਂ ਵੀ ਮੌਜੂਦ ਨੇ। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਿਬ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ। ਬਾਈ ਅਸਗਰ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁ ਅਲੈਕੁਮ ਜੀ। ਵਾਲੇਕੁਮ ਸਲਾਮ ਜੀ ਫਰਾਜ਼ ਭਾਈ, ਕੀ ਹਾਲ ਜੀ? ਠੀਕ ਠਾਕ ਹੋ ਜੀ? ਅੱਲਾਹ ਪਾਕ ਦਾ ਬੜਾ ਸ਼ੁਕਰ ਹੈ ਜੀ, ਜ਼ਾਤ ਦਾ ਬੜਾ ਕਰਮ ਹੈ। ਭਾਈ ਅਸਗਰ, ਤੁਸੀਂ ਸੁਣਾਓ, ਠੀਕ ਹੋ? ਸਭ ਹੈਰੀਅਤ ਹੈ ਜੀ? ਅਲਹਮਦੁਲਿਲਾ, ਦੁਆਵਾਂ ਜੀ, ਸ਼ੁਕਰ ਹੈ ਅੱਲਾਹ। ਤੁਸੀਂ ਸੁਣਾਓ, ਸਭ ਖੈਰ ਨਹੀਂ ਜੀ? ਅੱਲਾਹ ਜ਼ਾਤ ਦਾ ਬੜਾ ਕਰਮ ਹੈ। ਆਲਰੇਡੀ ਜਨਾਬ ਦੀਆਂ ਕਾਫੀ ਵੀਡੀਓਜ਼ ਬਣਾਈਆਂ ਨੇ ਜੀ, ਤੇ ਸ਼ੌਕ ਮਾਸ਼ਾਅੱਲਾ ਕਰਾਉਂਦੇ ਹੋ, ਕਿਤੇ ਕਿਤੇ ਕਰਵਾਉਂਦੇ ਹੋ, ਲੇਕਿਨ ਸ਼ੌਕ ਅੱਛਾ ਕਰਵਾਉਂਦੇ ਹੋ। ਜਾਨਵਰ ਅੱਛੇ ਲੈ ਕੇ ਆਉਂਦੇ ਹੋ ਦੋਸਤਾਂ ਨੂੰ, ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ ਜੀ। ਤਹਿਸੀਲੋ ਜ਼ਿਲ੍ਹਾ ਸਿਆਲਕੋਟ ਹੈ ਫਰਾਜ਼ ਭਾਈ, ਪਿੰਡ ਭਾਬੜੇ ਵਾਲਾ, ਮੁਹੱਲਾ ਮਿਸ਼ਤਾਕਪੁਰ ਹੈ। ਸਕਰੀਨ ਦੇ ਨੰਬਰ ਆ ਗਏ, ਜੋ ਇਹਦੇ ਵੀ ਦੋਸਤ ਵਧਾ ਆਉਣੇ ਉਹ ਰਾਬਤਾ ਕਰ ਸਕਦਾ। ਅਤੇ ਖੜਾ ਕੀ ਅੱਜ ਵੀ ਜੀ? ਬਿਲਕੁਲ ਖੜਾ ਕੇ, ਤੁਹਾਨੂੰ ਪਤਾ ਅਸੀਂ ਕਦੀ ਕਦੀ ਜਿਹੜਾ ਨਾ ਸ਼ੌਕ ਲਾਉਣਾ ਹੁੰਦਾ ਅਤੇ ਬਿਲਕੁਲ ਪਿਆਰ ਮੁਹੱਬਤ ਨਾਲ ਦੋਸਤਾਂ ਦੇ। ਇਨਸ਼ਾਅੱਲਾ ਮਾਸ਼ਾਅੱਲਾ ਜੀ, ਇੱਕ ਅੱਧਾ ਵਾਰ ਇੱਕ ਪਹਿਲਨ ਵੀ ਹੈ, ਦੋਸਤਾਂ ਦਾ ਵੀ ਸ਼ੌਕ ਕਰਾਉਂਦੇ ਹਾਂ, ਫਿਰ ਖਾਂਗੜ ਤੋਂ ਸ਼ੁਰੂ ਕਰ ਲਈਏ। ਬਿਲਕੁਲ ਆਓ ਜੀ ਭਾਈ, ਖਾਂਗੜ ਲਿਆਓ ਮਾਸ਼ਾਅੱਲਾ ਜੀ। ਪਿੱਛੇ ਜਾ ਵੀ ਹੈ, ਵੇ ਦੁੱਧ ਵੀ 6 ਕਿਲੋ ਵੇ, ਚਿਹਰਾ ਦੋਸਤਾਂ ਵੇਖ ਲੈਣਾ, ਦੋ ਅੱਖਾਂ ਦੀ ਰੰਗਤ ਵੀ ਸੇਮ ਹੈ ਮਾਸ਼ਾਅੱਲਾ ਜੀ। ਨੰਬਰ ਆ ਗਈ ਹੈ, ਇੱਕ ਹੀ ਬਲਕਿ ਝੋਟੀ ਹੈ ਅਤੇ ਉਹ ਵੀ ਖਾਂਗੜ ਹੈ ਅਤੇ ਖਾਂਗੜ ਕਾਫੀ ਦੋਸਤ ਡਿਮਾਂਡ ਕਰਦੇ ਨੇ ਅਤੇ ਲਿਬਾਸ ਦਾ ਵੇਖਣਾ ਅਤੇ ਭਾਈ ਜੀ ਜਿਹੜਾ ਦੁੱਧ ਦੱਸਣ ਦੇ, ਤੁਸੀਂ ਹੈਰਾਨ ਹੋ ਹੀ ਆਣਾ ਕਿ ਲਿਬਾਸ ਵੇਖ ਕੇ ਅਤੇ ਦੁੱਧ ਕਿੰਨਾ ਭਾਈ ਇਹਦੇ ਕੋਲ ਜੀ? ਫਰਾਜ਼ ਭਾਈ, ਇਹ ਥੱਲੇ ਦੁੱਧ 6-7 ਦੇ ਉੱਤੇ ਇੱਥੇ 7 ਦੇ ਅੱਗੇ ਪਿੱਛੇ ਦੁੱਧ 6 ਕਿਲੋ ਇੱਕ ਘੰਟੇ ਦੇ ਆਉਣ। ਠੀਕ ਹੈ, ਇੱਥੇ ਖਿਲਾ ਰਿਹਾ ਜ਼ਰਾ, ਅੱਛਾ ਮੈਂ ਖਿਲਾ ਰਿਹਾ ਜ਼ਰਾ। ਇਹ ਦੁੱਧ ਤਕਰੀਬਨ 7 ਕਿਲੋ ਦੇ ਅੱਗੇ ਪਿੱਛੇ ਵੇ, ਲੇਕਿਨ ਭਾਈ ਜੀ ਕਹਿ ਰਹੇ ਨੇ ਕਿ 6 ਕਿਲੋ ਦੁੱਧ ਦੀ ਗਰੰਟੀ ਹੋਈ ਦੀ। ਲਿਬਾਸ ਵੀ ਦੋਸਤਾਂ ਵੇਖਣਾ ਭਾਈ, ਇਸ ਗੱਲ ਸੁਬਾਹ ਕਿਨਵਾਂ ਸੂਈ ਹੈ? ਦੂਸਰਾ ਸੁਬਾਹ ਸੂਈ ਹੈ, ਸੁਬਾਹ ਦੂਸਰਾ ਸੂਈ ਹੈ, ਕਰਾਸ ਹੋਈ ਹੈ ਕਿ ਨਹੀਂ? ਨਹੀਂ ਕਰਾਸ ਨਹੀਂ ਹੋਈ ਫਰਾਜ਼ ਭਾਈ ਕੋਈ। ਠੀਕ ਹੈ, ਇਹ ਸੁਬਾਹ ਦੂਸਰਾ ਸੂਈ ਹੈ, ਲਿਬਾਸ ਵੇਖ ਕੇ ਦੁੱਧ ਭਾਈ ਆ 8-9 ਕਿਲੋ ਵੀ ਕਹਿ ਸਕਦੇ। ਪਾਵਰਫੁਲ ਥਣ ਲੱਗੇ ਨੇ, 5-6 ਮਹੀਨੇ ਹੋ ਗਏ ਨੇ ਸੁਬਾਹ ਦੂਸਰਾ ਸੂਈ ਹੈ, ਖਾਂਗੜ ਝੋਟੀ ਜੀ ਬਿਹਤਰ ਹੋ ਗਿਆ, ਪੁੱਠਾ ਵੀ ਦੋਸਤਾਂ ਵੇਖ ਲੈਣਾ। ਠੀਕ ਹੈ ਭਾਈ, ਲੈ ਜੀ, ਰਵੇਲ ਵੀ ਕਾਫੀ ਹੈ, ਅੱਗੂ ਕ੍ਰਾਸ ਨਹੀਂ ਹੋਈ, ਸੁਬਾਹ ਦੂਸਰਾ ਵੇ, ਇਹ ਚੈੱਕ ਕਰੋ ਮਾਸ਼ਾਅੱਲਾ ਜੀ। ਲਓ ਜੀ ਦੋਸਤੋ, ਥਣ ਵੀ ਚੈੱਕ ਕਰ ਲੈਣੇ ਨੇ, ਸੋਹਣੇ ਪਾਵਰਫੁਲ ਥਣ ਨੇ, ਪਿੱਛੇ ਦੇ ਕੱਟਾ ਇਹ ਜਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ। ਜੀ ਭਾਈ ਅਸਗਰ, ਕੀ ਰੇਟ ਹੈ ਜੀ ਝੋਟੀ ਦਾ? ਝੋਟੀ ਵੀ ਵਹਾਓ ਤੇ ਕੱਟਾ ਕਰਾਵਾਂ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਜਾ ਦੋਸਤਾਂ ਫਿਰ ਚੈੱਕ ਕਰਨਾ।
ਪਿੱਛੇ ਦੇ ਕੱਟਾ ਵੀ ਇਹ ਚਵਾਈ ਦੋਵੇਂ ਟਾਈਮ ਜਾ ਤੇ ਹੁੰਦੀ ਹੈ ਜੀ ਬਿਲਕੁਲ 6 ਕਿਲੋ ਦੁੱਧ ਦੀ ਗਰੰਟੀ ਹੈ ਸਵਾ ਦੂਸਰਾ ਵੇ ਤੇ ਭਾਈ ਜਰਾ ਸਾਈਡ ਤੋਂ ਥਾਣੀ ਦੋਸਤਾਂ ਚੈੱਕ ਕਰਾਈਏ ਆ ਚੈੱਕ ਕਰੋ ਮਾਸ਼ਾਅੱਲਾ ਜੀ ਥਾਣ ਦੋਸਤਾਂ ਫਿਰ ਵੇਖ ਲੈਣੇ ਨੇ ਲਿਬਾਸ ਵੇਖ ਕੇ ਤਾਂ ਜੀ ਲੱਗਦਾ ਜਿਵੇਂ ਤਾਜ਼ੀ ਸੋਈ ਹੈ ਤੂੰ ਨਿਊ ਦੋਸਤਾਂ ਵੇਖਣੀ ਹੈ ਜੀ ਭਾਈ ਇਸ ਕਰ ਕੀ ਰੇਟ ਹੈ ਭਾਈ ਇਹਦਾ ਬਿਲਕੁਲ ਮਕੂਲ ਜਿਹਾ ਰੇਟ ਹੈ ਕੱਟੇ ਸਮੇਤ 2,30,000 ਰੁਪਏ ਜੋੜੀ ਬਿਆਨ ਕੱਟੇ ਸਮੇਤ 2,30,000 ਜੀ ਜ਼ਬਰਦਸਤ ਹੋ ਗਿਆ ਗੁ ਭਾਈ ਸ਼ੁਰੂ ਕਰੋ ਜੀ ਵੈੜਾਂ ਤੋਂ ਮਾਸ਼ਾਅੱਲਾ ਜੀ ਇੱਕ ਹੀ ਝੋਟੀ ਹੈ ਖਾਂਗੜੇ ਪਿੱਛੇ ਦੇ ਕੱਟਾ ਵਿੱਚ 6 ਕਿਲੋ ਦੁੱਧ ਦੀ ਗਰੰਟੀ ਹੈ ਦੁੱਧ ਤਕਰੀਬਨ 7 ਕਿਲੋ ਦੇ ਅੱਗੇ ਪਿੱਛੇ ਵੇ ਤੇ ਕੀਮਤ ਡਿਮਾਂਡ 2,30,000 ਅੱਗੇ ਆ ਗਈ ਮਾਸ਼ਾਅੱਲਾ ਜੀ ਵੈੜ ਨੰਬਰ 1 ਤੇ ਅੱਜ ਦੀ ਵੀਡੀਓ ਦਾ ਤੋਹਫਾ ਲੈਂਦਾ ਜੇ ਗਾਵਾਂ 'ਚ ਚਲੋ ਕਰਾ ਲਓ ਚੈੱਕ ਨੂੰ ਇਹੋ ਜਿਹੀ ਚੀਜ਼ ਵੈਸੇ ਐਂਡ ਤੇ ਚੈੱਕ ਕਰਾਈ ਦੀ ਭਾਈ ਇਸ ਕਰ ਲਿਆਓ ਮਾਸ਼ਾਅੱਲਾ ਕਿੰਨਵਾ ਸੁਆ ਹੈ ਜੀ ਇਹਦਾ ਸਾਰੀਆਂ ਪਹਿਲਨ ਵੈੜਾਂ ਨੂੰ ਇਹੋ ਜਿਹਾ ਕੱਦ ਨਹੀਂ ਲੱਗਾ ਹੁੰਦਾ ਸੁਆ ਪਹਿਲਾਂ ਵੀ ਮਾਸ਼ਾਅੱਲਾ ਜੀ ਦਿਨ ਅਟਕ ਹੋ ਗਏ ਨੇ ਵੈੜੀ ਦੇ ਗੁੱਲ ਭਾਓ ਤਸੱਲੀ ਕਰ ਦਿੱਤੀ ਮਾਸ਼ਾਅੱਲਾ ਜੀ ਕਾਲੇ ਥਲ ਲੱਗੇ ਨੇ ਲਿਬਾਸ ਵੀ ਦੋਸਤਾਂ ਵੇਖ ਲੈਣਾ ਹੈ ਭਾਈ ਅਸਗਰ ਦੁੱਧ ਕਿੰਨਾ ਕੇ ਦੇਖੋ ਜੀ ਫਰਾਜ਼ ਭਾਈ ਵੈੜੀ ਥੱਲੇ ਮਾਸ਼ਾਅੱਲਾ ਦੁੱਧ ਕੋ 12 ਸਿਰਾਂ ਤੋਂ ਉੱਤੇ ਹੀ ਹੈ ਠੀਕ ਅੱਛਾ 11 ਸਿਰ ਦੀ ਗਰੰਟੀ ਹੋਏ 11 ਕਿਲੋ ਦੁੱਧ ਦੀ ਤੇ ਦੁੰਦੀ ਏ ਦੁੰਦੀ ਮੂੰਹ ਦੀ ਚੋਗੀ ਤੇ ਨਹੀਂ ਲੱਗੀ ਨਹੀਂ ਨਹੀਂ ਦੁੰਦੀ ਕੱਚੀ ਜੁੰਦੀ ਹੈ ਜੀ ਮਾਸ਼ਾਅੱਲਾ ਜੀ ਦੋ ਦੰਦ ਦੇ ਕੰਨ ਛੋਟੇ ਨੇ ਚਿਹਰੇ ਦੀ ਖੂਬਸੂਰਤੀ ਦੋਸਤਾਂ ਵੇਖ ਲੈਣੀ ਰਵੇਲ ਕਾਫੀ ਏ ਇਹ ਵੀ ਸਿਹਤਮੰਦ ਦੇ ਸੁਆ ਪਹਿਲਾਂ ਵੀ ਦਿਨ ਅਟਕ ਹੋ ਗਏ ਨੇ ਦੁੱਧ ਤਕਰੀਬਨ 12 ਕਿਲੋ ਵੇ ਲੇਕਿਨ ਭਾਈ ਇਹਨਾਂ 11 ਕਿਲੋ ਦੀ ਗਰੰਟੀ ਦਿੱਤੀ ਹੈ ਤੇ ਕਰਮ ਵਾਲੀਆਂ ਹੈ ਵੀ ਦੋ ਨੇ ਪਿੱਛੇ ਦੇ ਬੱਚੀ ਮਾਸ਼ਾਅੱਲਾ ਜੀ ਦੋਸਤਾਂ ਨੂੰ ਵੀ ਚੈੱਕ ਕਰਾਉਣਾ ਲਿਬਾਸ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਨੰਬਰ ਆ ਗਈ ਇੱਕ ਤੇ ਜਿਹੜੀ ਚੀਜ਼ ਪਿੱਛੇ ਵੇ ਦੋਸਤਾਂ ਉਹ ਵੀ ਚੈੱਕ ਕਰਨੀ ਹੈ ਠੀਕ ਹੈ ਭਾਈ ਅਸਗਰ ਇਸ ਸਾਈਡ ਨੂੰ ਜ਼ਰਾ ਟੋਰ ਕੇ ਲਾਈਆਂ ਨਹੀਂ ਜਿਹੜਾ ਨਾ ਲਿਬਾਸ ਵਹਾਓ ਇੱਕ ਵਾਰੀ ਫੇਰ ਭਰਾਵਾਂ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਫਿਰ ਵੇਖ ਲਈ ਤਸੱਲੀ ਕਰਾ ਦਿਓ ਮੈਂ ਸਰ ਮੁਕੰਮਲ ਤਸੱਲੀ ਕਰਾਉਂਦਾ ਕੀ ਨਸਲ ਹੈ ਭਾਈ ਇਸ ਗਰੇ ਦੀ ਫਰੀਜ਼ੀਅਨ ਤੇ ਚੁਲਸਤਾਨੀ ਕਰਾਸ ਹੈ ਦੁੱਧ ਫੈਟ ਵਾਲਾ ਹੋਏਦਾ ਗਰਮੀ ਦਾ ਹੌਲ ਭਾਰ ਨਹੀਂ ਹੋਏਦਾ ਨੰਬਰ ਆ ਗਈ ਹੈ ਕਿਤੇ ਭਾਈ ਇੱਥੇ ਖਿਲਾ ਰਿਹਾ ਜ਼ਰਾ ਹਾਈਟ ਦੋਸਤਾਂ ਫਿਰ ਵੇਖਣੀ ਮਾਸ਼ਾਅੱਲਾ ਜੀ ਮੁਕੰਮਲ ਨਜ਼ਾਰਾ ਕਰਨਾ ਭਾਈ ਇਹ ਜ਼ਰਾ ਇੱਥੇ ਖਿਲਾ ਰਿਹਾ ਚੰਗੀ ਕਾਦਾਵਰ ਕੋਈ ਛੋਟੀ ਨਹੀਂ ਤੇ ਹੈ ਵੀ ਦੋਂਦੀ ਹੈ ਮਾਸ਼ਾਅੱਲਾ ਜੀ ਫਰੀਜ਼ੀਅਨ ਤੇ ਚੁਲਸਤਾਨੀ ਕਰਾਸ ਹੈ ਮਾਸ਼ਾਅੱਲਾ ਜੀ ਭਾਈ ਲਾ ਜ਼ਰਾ ਸਿੱਧੀ ਕਰਾਉਣੀ ਹੈ ਇਹ ਚੈੱਕ ਕਰੋ ਜੀ ਥਾਣੀ ਦੋਸਤਾਂ ਵੇਖ ਲੈਣ ਠੀਕ ਹੈ ਭਾਈ ਲੈ ਚਲੋ ਅੱਗੂ ਲਿਆਓ ਨੰਬਰ 2 ਵਾਲੀ ਪੁੱਠਾ ਵੀ ਦੋਸਤਾਂ ਚੈੱਕ ਕਰਨਾ ਕਾਦਾਵਰ ਚੀਜ਼ ਨੰਬਰ 1 ਤੇ ਚੈੱਕ ਕਰਾਈਏ ਮਾਸ਼ਾਅੱਲਾ ਜੀ ਸੁਬਾ ਪਹਿਲਾਂ ਸੂਈ ਹੈ ਜੀ ਭਾਈ ਅਸਕਰ ਵੈੜ ਨੰਬਰ 1 ਦਾ ਰੇਟ ਬਸ ਭਾਈ ਵੈੜੀ ਦੀ ਤਸੱਲਾ ਕਰਾ ਹੜੀਏ ਵੈੜੀ ਵੇਖੋ ਤੇ ਇਹਦਾ ਰੇਟ ਜਿਹੜਾ ਹੋਏ ਕਿਉ ਠੀਕ ਹੈ ਰੇਟ ਵੈੜੀ ਤੇ ਬੜਿਆ ਖੜਾਕ ਵਾਲੀ ਲਾਓ ਅੱਜ ਖੜਾਕ ਵਾਲਾ ਹੀ ਲਾ ਦੇ ਕਰ ਹੜੀਏ ਖੜਾਕ ਜਾਓ ਖੜਾਕ ਜੇ ਆ ਇੱਦੀ ਫਾਈਨਲ ਰੇਟ ਹੋਣਾ 2,85,000 ਰੁਪਏ ਵੈੜੀ 2,85 2,85,000 ਰੁਪਏ ਦੀ ਵੈੜੀ ਦਿਆਂ ਦੇ ਆਂਦੀ ਵੈੜੀ ਕੋ ਵਹਾਏ ਇੰਨੇ ਦੀ ਲਿਆ ਜ਼ਿੰਦਾਬਾਦ ਕਿਤੇ ਗਲਤੀ ਤੇ ਨਹੀਂ ਲੱਗ ਗਈ 2,85,000 ਰੁਪਏ ਦੀ ਫਾਈਨਲ ਵੈੜੀ ਦੇ ਰਹੇ ਜੀ ਜ਼ਿੰਦਾਬਾਦ ਹੋ ਗਿਆ ਮਾਸ਼ਾਅੱਲਾ ਜੀ ਨੰਬਰ 1 ਤੇ ਚੈੱਕ ਕਰਾਈਏ ਕਰਮਾਂਗੀਆਂ ਦੋ ਹੀ ਨੇ ਪਿੱਛੇ ਆ ਚੈੱਕ ਕਰੋ ਮਾਸ਼ਾਅੱਲਾ ਜੀ ਬੱਚੀ ਹੈ ਬਲੈਕ ਪ੍ਰਿੰਟ ਵਿੱਚ ਤੇ ਕੀਮਤ ਵੈੜ ਨੰਬਰ 1 ਦੀ 2,85,000 ਯਾਨੀ ਕਿ ਇੱਕ ਜਾਨਵਰ ਦੇ ਰੇਟ 'ਚ ਦੋ ਜਾਨਵਰ ਤੇ ਦੋਵੇਂ ਬੱਚੀਆਂ ਨੇ ਵੀ ਪਹਿਲਾਂ ਨੇ ਦੋਂਦੀ ਹੈ ਮਾਸ਼ਾਅੱਲਾ ਜੀ ਦੋਂਦੀ ਬੱਚੀ ਜ਼ਿੰਦਾਬਾਦ ਭਾਈ ਇਸ ਕਰ ਗੁਲਿਆ ਜੀ ਨੰਬਰ 2 ਵਾਲੀ ਮਾਸ਼ਾਅੱਲਾ ਜੀ ਚੰਗਾ ਖੜਾਕ ਵਾਲਾ ਰੇਟ ਲਾ ਰਿਹਾ ਜੀ ਅੱਗੇ ਆ ਗਈ ਜੀ ਨੰਬਰ 2 ਤੇ ਜੀ ਭਾਈ ਇਸ ਕਰ ਕਿੰਨਵਾ ਸੋਇਆ ਜੀ ਇਹਦਾ ਜੀ ਫਾਸ ਭਾਈ ਦੂਸਰੇ ਸੋਇਆ ਵੈੜੀ ਹੈ ਅੱਛਾ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਸੁਆ ਦਾ ਦੂਸਰਾ ਵੇ ਜੀ ਲਓ ਭਾਈ ਇਧਰ ਨੂੰ ਲਓ ਕਿਦੋਂ ਦੀ ਸੋਈ ਹੈ ਜੀ ਫਾਸ ਭਾਈ ਇਹ ਸੋਇਆ ਤਾਂ ਕਹਿੰਦੇ ਕੋਈ 26 27 ਦੇ
27 ਦੇ ਨੋਗੇ ਨੇ ਸੁਹਾ ਦੂਸਰਾ ਵੇ ਨੰਬਰ 2 ਦੀ ਚੈੱਕ ਕਰਾਨੇ ਆਪਾਂ ਮਾਸ਼ਾਅੱਲਾ ਜੀ ਲਿਬਾਸ ਵੀ ਦੋਸਤਾਂ ਵੇਖ ਲੈਣਾ ਹੈ ਬਈ ਅਸਗਰ ਦੁੱਧ ਕਿੰਨਾ ਕਿਹਦੇ ਕੋਲ ਜੀ ਬਾਤ ਭਾਈ ਵੈੜੀ ਦੇ ਕੋਲ ਦੁੱਧ ਤੇ 13 14 ਸੇ ਤੇ 12 ਸੇ ਦੀ ਗਰੰਟੀ ਹੋਏ 12 ਕਿਲੋ ਦੁੱਧ ਦੀ ਗਰੰਟੀ ਆ ਪਿੱਛੇ ਜਾ ਦੇ ਬੱਚਾ ਵੇ ਜੀ ਬਿਲਕੁਲ ਹੈ ਠੀਕ ਆ ਪਿੱਛੇ ਦੇ ਬੱਚਾ ਵੇ ਜਾ ਵੀ ਦੋਸਤਾਂ ਵੇਖ ਲੈਣਾ ਭਾਈ ਇੱਥੇ ਜ਼ਰਾ ਸਿੱਧੀ ਕਰਨੀ ਚਾਹ 26 ਦਿਨ ਦੀ ਵੈੜੀ ਸੋਈ ਹੈ ਪਿੱਛੇ ਬੱਚਾ ਹੈ ਠੀਕ ਹੈ ਦੁੱਧ 13 14 ਸੇ ਤੇ 12 ਸੇ ਦੀ ਗਰੰਟੀ 12 ਕਿਲੋ ਦੁੱਧ ਦੀ ਗਰੰਟੀ ਹੈ ਸੁਹਾ ਦੂਸਰਾ ਮਾਸ਼ਾਅੱਲਾ ਜੀ ਨਸਲ ਦੀ ਵੀ ਚੰਗੀ ਹੈ ਕਾਲੇ ਥਣ ਲੱਗੇ ਨੇ ਲਿਬਾਸ ਵੀ ਦੋਸਤਾਂ ਚੈੱਕ ਕਰਾਨੇ ਆ ਦੂਸਰਾ ਇੱਕ ਹੋਰ ਗੱਲ ਦੀ ਵਜ਼ਾਹਤ ਕਰੀਏ 9:09 ਹੋਏ ਨੇ ਸਵੇਰ ਦਾ ਟਾਈਮ ਹੈ ਤੇ ਬਸ ਹੁਣ ਯਾਨੀ ਕਿ ਸਵੇਰ ਦੀ ਚੁਆਈ ਇਹਨਾਂ ਦੀ ਕਰਨੀ ਹੈ ਰਾਤ ਦੀ ਇਹਨਾਂ ਕੀਤੀ ਹੈ ਯਾਨੀ ਕਿ ਭਾਈ ਜੀ ਕੋਈ ਡੱਕਾ ਸ਼ੱਕਾ ਨਹੀਂ ਲਾਂਦੇ ਨਾਲ ਇਹ ਸਵੇਰ ਦਾ ਟਾਈਮ ਹੀ ਦੱਸ ਦਿੱਤਾ ਸੁਬਾ ਦਾ ਦੂਸਰਾ ਵੀ ਨੰਬਰ ਆ ਗਈ 2 ਤੇ ਮਾਸ਼ਾਅੱਲਾ ਜੀ 12 ਕਿਲੋ ਦੁੱਧ ਦੀ ਗਰੰਟੀ ਹੈ ਕੀ ਨਸਲ ਹੈ ਭਾਈ ਇਸ ਘਰ ਦੀ ਜੀ ਫਰਾਦ ਭਾਈ ਇਹ ਚੋਲਸਤਾਨੀ ਹੈ ਫਰੀਦੀਆਂ ਦਾ ਹੈ ਇਹ ਵੀ ਫਰੀਜ਼ੀਅਨ ਤੇ ਚੋਲਸਤਾਨੀ ਕਰਾਸ ਹੈ ਲਾਜ਼ਰਾ ਸਿੱਧੀ ਕਰਾਇਓ ਹਾਂ ਜੀ ਆ ਚੈੱਕ ਕਰ ਲਓ ਮਾਸ਼ਾਅੱਲਾ ਜੀ ਲਿਬਾਸ ਵੀ ਦੋਸਤਾਂ ਵੇਖ ਲੈਣਾ ਉੱਠਾ ਵੀ ਚੈੱਕ ਕਰਨਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਸਹੀ ਕੱਦ ਬਹੁਤੇ ਫਰਾਦ ਠੀਕ ਹੈ ਜਸਾਮਤ ਦੀ ਵੀ ਪਿਆਰੀ ਹੈ ਜੀ ਇਹ ਪਿੱਛੇ ਬੱਚਾ ਇਹ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ ਠੀਕ ਹੈ ਭਾਈ ਇਸ ਘਰ ਲੈ ਆਓ ਜੀ ਇਹ ਵੀ ਸੀ ਸ਼ਰੀਫ ਹੈ ਆ ਵਾਰਡ ਨੰਬਰ 1 ਦੀ ਬੱਚੀ ਨੂੰ ਚੁੰਗਦੀ ਹੈ ਪਈ ਆ ਵਾਰਡ ਨੰਬਰ 1 ਦੀ ਬੱਚੀ ਨੂੰ ਚੁੰਗਦੀ ਹੈ ਪਈ ਜੀ ਸੀ ਸ਼ਰੀਫ ਹੈ ਭਾਪ ਭਾਈ ਠੀਕ ਆ ਚੈੱਕ ਕਰ ਲਓ ਮਾਸ਼ਾਅੱਲਾ ਖਾਣ ਵੀ ਦੋਸਤਾਂ ਵੇਖ ਲੈਣੇ ਨੇ ਠੀਕ ਹੈ ਭਾਈ ਆ ਗੁਲਿਆ ਨੰਬਰ 3 ਨਾਲ ਮਾਸ਼ਾਅੱਲਾ ਜੀ ਫਰੀਜ਼ੀਅਨ ਤੇ ਚੋਲਸਤਾਨੀ ਕਰਾਸ ਨੰਬਰ 2 ਤੇ ਚੈੱਕ ਕਰਾਈਏ ਸੁਬਾ ਵੀ ਦੂਸਰਾ ਮਾਸ਼ਾਅੱਲਾ ਜੀ 12 ਕਿਲੋ ਦੁੱਧ ਦੀ ਗਰੰਟੀ ਹੈ ਪਿੱਛੇ ਦੇ ਬੱਚਾ ਵੇ ਜੀ ਭਾਈ ਅਸਗਰ ਵੈੜ ਨੰਬਰ 2 ਦਾ ਰੇਟ ਮਾਸ਼ਾਅੱਲਾ ਜੀ ਤੇ ਕੰਨ ਛੋਟੇ ਨੇ ਚਿਹਰਾ ਵੀ ਦੋਸਤਾਂ ਵੇਖ ਲੈਣਾ ਜਸਾਮਤ ਤੇ ਪੂਰੀ ਪੂਰੀ ਹੈ ਨਾ ਬਹੁਤੀ ਵੱਡੀ ਹੈ ਨਾ ਬਹੁਤੀ ਛੋਟੀ ਹੈ ਕੀ ਨਸਲ ਹੈ ਭਾਈ ਇਸ ਘਰ ਦੀ ਜਰਸੀ ਕਰਾਸ ਹੈ ਮਾਸ਼ਾਅੱਲਾ ਜੀ ਕਦੋਂ ਦੀ ਸੂਈ ਹੈ 8 ਦਿਨ ਹੋ ਗਏ ਨੇ ਜਾ ਕੀ ਮਗਰ ਦੇ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ ਅਲਬਾਸ ਵੀ ਜ਼ਰਾ ਦੋਸਤਾਂ ਵੇਖਣਾ ਭਾਈ ਖਿਲਾ ਰਿਹਾ ਐ ਪਿੱਛੇ ਦੇ ਬੱਚਾ ਦੋਸਤਾਂ ਵੀ ਚੈੱਕ ਕਰ ਲੈਣਾ ਦੋਂਦੀ ਹੈ ਮੂੰਹ ਫਰਾਦ ਭਾਈ ਦੋ ਦਾਂਦੇ ਮਾਸ਼ਾਅੱਲਾ ਜੀ ਦਿਨ 8 ਹੋ ਗਏ ਨੇ ਬੱਚਾ ਵੀ ਨਸਲੀ ਹੈ ਆਪੀ ਜਰਸੀ ਕਰਾਸ ਹੈ ਐ ਚੈੱਕ ਕਰੋ ਮਾਸ਼ਾਅੱਲਾ ਜੀ ਐ ਭਾਈ ਤੁਹਾਨੂੰ ਜ਼ਰਾ ਹਲਕਾ ਜਿਹਾ ਜ਼ਖਮ ਹੋਇਆ ਕੋਈ ਓਏ ਬੱਚੇ ਨੇ ਦਾਂਦੀ ਲੱਤ ਪਿਛਾ ਨੂੰ ਕਰਿਓ ਲੱਤ ਪਿਛਾ ਨੂੰ ਕਰਿਓ ਥੋੜਾ ਦਾਣੇ ਜੇ ਬਣੇ ਐ ਚੈੱਕ ਕਰ ਲਓ ਜੀ ਸਾਡਾ ਇੱਕ ਬੰਦਾ ਵਾਜ਼ਿਆ ਕਰਨਾ ਐ ਤੁਹਾਨੂੰ ਹਲਕਾ ਜਿਹਾ ਬਿਲਕੁਲ ਇਹ ਜ਼ਖਮ ਇਹ ਦੋਸਤਾਂ ਵੇਖ ਲੈਣਾ ਲਿਬਾਸ ਵੀ ਚੈੱਕ ਕਰਨਾ ਦੁੱਧ ਕਿੰਨਾ ਇਹਦੇ ਕੋਲ ਜੀ ਫਰਾਜ਼ ਭਾਈ ਇਹ ਕੋਈ ਇਸ ਟਾਈਮ ਬੱਚੇ ਸਮੇਤ ਦੁੱਧ 10 ਸੇ ਦੇ ਦੁਆ ਟਾਮਾ ਦਾ ਟੋਟਲ ਬੱਚੇ ਸਮੇਤ ਦੁੱਧ 10 ਕਿਲੋ ਹੈ ਪਿੱਛੇ ਦਾ ਬੱਚਾ ਵੀ ਗਰੰਟੀ ਹੋਈ ਦੀ ਇਹ 9 ਕਿਲੋ ਦੁੱਧ ਦੀ ਗਰੰਟੀ ਹੋਈ ਦੀ ਦੁੰਦੀ ਇਹ ਦਿਨ 8 ਹੋ ਗਏ ਨੇ ਚਿਹਰਾ ਵੀ ਦੋਸਤਾਂ ਵੇਖਣਾ ਹੈ ਵੀ ਮੋਨੀ ਮਾਸ਼ਾਅੱਲਾ ਜੀ ਜਰਸੀ ਕਰਾਸ ਹੈ ਪ੍ਰਿੰਟ ਜ਼ਬਰਦਸਤ ਠੀਕ ਹੈ ਭਾਈ ਲੈ ਐਸ ਐਰ ਨੂੰ ਢੋੜ ਕੇ ਲੈ ਆਵੋ ਮਾਸ਼ਾਅੱਲਾ ਜੀ ਨੰਬਰ ਆ ਗਈ 3 ਤੇ ਪਹਿਲਨ ਵੈੜ ਹੈ ਦੁੰਦੀ ਹੈ ਜਰਸੀ ਕਰਾਸ ਦੁੱਧ 10 ਕਿਲੋ ਵੇ ਤੇ 9 ਕਿਲੋ ਦੀ ਗਰੰਟੀ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਫਿਰ ਵੇਖ ਲੈਣਾ ਥਣ ਵੀ ਚੈੱਕ ਕਰਨੇ ਨੇ ਤੇ ਕੋਈ ਵੀ ਡੱਕਾ ਵਗੈਰਾ ਨਹੀਂ ਜੀ ਠੀਕ ਹੈ ਭਾਈ ਅਸਗਰ ਕੀ ਕੀਮਤ ਹੈ ਜੀ ਬਾਸ ਭਾਈ ਵੈੜੀ ਤੁਸੀਂ ਲਗਵਾਓ ਪੁੱਠਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਪਹਿਲਾਂ ਵੈੜੀ ਇਹ ਦੁੰਦੀ ਹੈ ਮੂੰਹ ਠੀਕ ਹੈ ਮਾਸ਼ਾਅੱਲਾ ਜੀ ਤੁਹਾਨੂੰ ਪਤਾ 8 ਦਿਨਾਂ ਸੋਈ ਹੈ ਵੈੜੀ ਅਟਾਈ ਜਗਾ ਬਹੁਤ ਠੀਕ ਕਰੇ ਜੀ 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 ਤੇ ਮੋਦੀ ਦਾ ਬਿਲਕੁਲ ਹੀ ਖਰਾਕ ਵਾਲਾ ਫਰਾਸ ਭਾਈ ਅੱਜ ਫਾਈਨਾ ਫਾਈਨਾ ਰੇਟ ਲਾਣਾ 2,35,000 ਰੁਪਏ ਦੀ ਗਾੜੀ ਦੇ 2,35 2,35,000 ਦੀ ਫਾਈਨਾ ਰੇਟ ਹਾਂ ਨਾ ਸੇਲ ਮੇਲੇ ਅਜ ਲਾੜਿਆ ਦੇ ਲਾੜਿਆ ਤਿੰਨਾਂ ਚਾਬਾਂ ਦਾ ਹੀ ਤੁਹਾਨੂੰ ਪਤਾ ਹੈ ਚਲੋ ਰੇਟ ਜਿਹਨੇ ਕਿ ਫਾਈਨਲ ਫਾਈਨਲ ਨੇ ਫੇਰ ਵੀ ਕੋਈ ਮਾਮੂਲੀ ਜਿਹਾ ਪਿਆਰ ਮੁਹੱਬਤ ਜਿਹਾ ਗੁੰਜਾਇਸ਼ ਹੋਈ
ਘਰ ਛੱਡਣਾ ਕਸਮ ਤੋੜ ਭੰਨ ਹੋਏ ਦੀ ਬਾਕੀ ਫਾਈਨਲ ਫਾਈਨਲ ਦੇ ਦੂੰ ਜੀ ਬਿਹਤਰ ਹੋ ਗਿਆ ਮਜ਼ੀਦ ਕੋਈ ਦੋਸਤਾਂ ਵਾਸਤੇ ਪੈਗਾਮ ਜੀ ਬਸ ਦੋਸਤਾਂ ਵਾਸਤੇ ਪੈਗਾਮ ਇਹ ਹੀ ਕਿ ਜਿਹੜਾ ਘਰ ਦਾ ਇਹ ਚੋ ਚਵਾ ਕੇ ਤਸੱਲੀ ਕਰਕੇ ਖੜੇ ਅਸੀਂ ਤੇ ਫੇਰ ਹੀ ਦੱਸ ਦੀ ਠੀਕ ਹੈ ਸਾਰਿਆਂ ਦੋਸਤਾਂ ਭਰਾਵਾਂ ਸਲਾਮ ਅਲੈਕਮ ਕਦੀ ਕਦੀ ਸ਼ੌਕ ਦਾ ਆਈਦਾ ਤੇ ਮਿਹਰਬਾਨੀ ਭਰਾਵਾਂ ਦੀ ਕਿ ਮੁਹੱਬਤ ਕਰਦੇ ਨੇ ਇਹ ਜਿਹੜਾ ਤੋਹਫਾ ਵੀ ਹਲਕਾ ਜਿਹਾ ਚੱਕਰ ਫਿਰ ਲਵਾ ਹੜਨਾ ਮਾਸ਼ਾਅੱਲਾ ਜੀ ਚੀਜ਼ ਬੜੀ ਖੂਬਸੂਰਤ ਹੈ ਇਹ ਅੱਜ ਦੀ ਵੀਡੀਓ ਦੀ ਮਾਸ਼ਾਅੱਲਾ ਜੀ ਪਹਿਲਵਾਨ ਚੀਜ਼ ਸੀ ਹੈ ਵੀ ਪਹਿਲਾਂ ਨੇ ਸਾਰੇ ਜਾਨਵਰਾਂ ਦੀ ਤਸੱਲੀ ਕਰਾਈਏ ਤਾਂ ਭਾਈ ਜਰਾ ਫੁੱਲ ਕੋਸ਼ਿਸ਼ ਕੀਤੀ ਹੈ ਕਿ ਰੇਟ ਜਿੰਨਾ ਹੋ ਸਕਦਾ ਅੱਛੇ ਰੇਟ ਲੱਗਣ ਇੱਥੇ ਭਾਈ ਜਰਾ ਛਾਵੇਂ ਲਿਆਇਓ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਇਹ ਦੋਸਤਾਂ ਨੂੰ ਨੰਬਰ 1 ਤੇ ਚੈੱਕ ਕਰਾਈ ਸੀ ਚੰਗੀ ਖੂਬਸੂਰਤ ਹੈ ਜਰਾ ਦੋਸਤਾਂ ਨੂੰ ਫਿਰ ਸ਼ੋਅ ਕਰਾ ਦਈਏ ਚੈੱਕ ਕਰੋ ਮਾਸ਼ਾਅੱਲਾ ਜੀ ਹਾਈਟ ਵੀ ਵੇਖ ਲੈਣੀ ਹੈ ਪਹਿਲਾਂ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਦੁੰਦੀ ਹੈ ਮਾਸ਼ਾਅੱਲਾ ਜੀ ਠੀਕ ਹੈ ਜੀ ਦੋਸਤਾਂ ਵੇਖ ਲੈਣੇ ਨੇ ਦੁੱਧ ਜੀ ਬਿਹਤਰ ਹੋ ਗਿਆ ਠੀਕ ਹੈ ਭਾਈ ਅਸਗਰ ਬਹੁਤ ਸ਼ੁਕਰੀਆ ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਈ ਦੀ ਇਜਾਜ਼ਤ ਚਾਹੁੰਦੇ ਹਾਂ ਅੱਲਾਹ ਹਾਫਿਜ਼।